ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਸਾਡਾ ਟੀਵੀ ਯੂਐਸਏ ਉੱਪਰ ਤੇ ਮੈਂ ਹਾਜ਼ਰ ਹਾਂ ਤੁਹਾਡੇ ਲਈ ਲੈ ਕੇ ਦਿਨ ਭਰਤੀਆਂ ਕੁਝ-ਕੁਵਟੀਆਂ ਖਬਰਾਂ ਤੇ ਸ਼ੁਰੂ ਕਰਦੇ ਹਾਂ ਅੱਜ ਦਾ ਨਿਊਜ਼ ਬੁਲਟਨ ਤੇ ਸਭ ਤੋਂ ਪਹਿਲੀ ਖਬਰ ਆ ਰਹੀ ਹੈ ਜੀ ਸ੍ਰਿੰਦਰ ਰਮਾਲਿਆਂ ਵਾਲੇ ਦੇ ਅਕਾਲ ਚਲਾਣੇ ਤੇ ਦਮਦਮੀ ਟਕਸਾਲ ਮੁਖੀ ਨੇ ਜਿਤਾਇਆ ਦੁੱਖ ਚੀਫ ਖਾਲਸਾ ਦਵਾਨ ਦੇ ਆਨਰੇਰੀ 77 ਤਖਤਸ਼੍ਰੀ ਪਟਨਾ ਸਾਹਿਬ ਪ੍ਰਬੰਧਕੀ ਬੋਰਡ ਦੇ ਮੈਂਬਰ ਅਤੇ ਸ਼੍ਰੀ ਗੁਰੂ ਸਿੰਘ ਸਭਾ ਦੇ ਜਨਰਲ ਸਕੱਤਰ ਸਰਿੰਦਰ ਸਿੰਘ ਦਮਾਲਿਆਵਾਲੇ ਦੇ ਅਕਾਲ ਚਲਾਣੇ ਤੇ ਦਮਦਮੀ ਡਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਦੇ ਸਦੀਵੀ ਵਿਛੋੜੇ ਨੂੰ ਸਿੱਖ ਕੌਮ ਲਈ ਨਾ ਪੂਰਾ ਹੋਣ ਵਾਲਾ ਕਾਟਾ ਕਿਹਾ। ਉਹਨਾਂ ਰਮਾਲਿਆਂ ਵਾਲਾ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਰਮਾਲਿਆਂ ਵਾਲੇ ਵੱਲੋਂ ਨਭਾਈਆਂ ਗਈਆਂ ਪੰਤਕ ਸਮਾਵਾ ਅਤੇ ਸ੍ਰੀ ਅਮੰਦਰ ਹਰਮੰਦਰ ਸਾਹਿਬ ਵਿਖੇ ਅਮਰਤ ਵੇਲੇ ਕਈ ਤਹਾਕਿਆਂ ਤੋਂ ਸਵੈਈਏ ਫੜਨ ਦੀ ਸੇਵਾ ਨੂੰ ਯਾਦ ਰੱਖਿਆ ਜਾਵੇਗਾ। ਇਸ ਮੌਕੇ ਧਰਮ ਵਿਚਾਰ ਕਮੇਟੀ ਮੈਂਬਰ ਭਾਈ ਅਜੈਬ ਸਿੰਘ ਅਬਿਆਸੀ, ਸ਼ਰੂਨਿਕ ਕਮੇਟੀ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਣੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਐਸ ਆਈਟੀ ਨੇ ਸਮੀਤ ਸੈਣੀ ਦੇ ਘਰ ਦੇ ਬਾਹਰ ਨੋਟਿਸ ਚ ਚਪਕਾਇਆ ਤੇ ਨੂੰ ਕੀਤਾ ਤਲਬ ਪੰਜਾਬ ਪੁਲਿਸ ਦੇ ਸਾਫ ਕਾ ਡੀ.ਜੀ.ਪੀ. ਸਮੀਰ ਸੈਣੀ ਖਿਲਾਫ ਦਰਜ ਹੋਏ ਅਗਵਾ ਕਾਰੀਏ ਤੇ ਕਤਲ ਦੇ ਕੇਸ ਵਿੱਚ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ ਸੈਣੀ ਦੀ ਰਹਿਸ਼ਤੇਬਾਰ ਨੋਟਿਸ ਪਕਾ ਕੇ ਉਹਨਾਂ ਨੂੰ 23 ਸਤੰਬਰ ਨੂੰ ਸਵੇਰੇ 11 ਵਜੇ ਐਸ.ਆਈ.ਟੀ. ਸਾਹਮਣੇ ਪੇਸ਼ ਹੋਣ ਦੀ ਹਦਾਇਤ ਕੀਤੀ ਹੈ। ਰਾਸ਼ਟਰਪਤੀ ਨੂੰ ਮਿਲ ਕੇ ਸੁਖਬੀਰ ਨੇ ਕਿਹਾ ਕਿਸਾਨਾਂ ਦੇ ਬਚਾ ਲਈ ਅੱਗੇ ਆਓ ਤੇਸ਼ ਨੂੰ ਉਹਨਾਂ ਦੀ ਲੋੜ ਹੈ। ਸ਼੍ਰੋਮਣੀ ਅਕਾਲੀ ਦਲ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਅਪੀਲ ਕੀਤੀ ਹੈ ਕਿ ਉਹ ਸੰਸਦ ਵੱਲੋਂ ਪਾਸ ਤਿੰਨ ਖੇਤੀ ਬਿੱਲਾਂ ਨੂੰ ਆਪਣੀ ਸਹਿਮਤੀ ਨਾ ਦੇਣ ਇਸ ਨਾਲ ਕਿਸਾਨ ਤੇ ਕਿਰਤ ਨਾਲ ਸੰਬੰਧਤ ਵਪਾਰੀਆਂ ਤੇ ਮਜ਼ਦੂਰਾਂ ਦੀ ਹੋਂਦ ਖਤਰੇ ਵਿੱਚ ਪੈ ਜਾਵੇਗੀ ਉਹਨਾਂ ਕਿਹਾ ਕਿ ਉਹ ਦੇਸ਼ ਦੇ ਕਿਸਾਨਾਂ ਦੇ ਬਚਾਲੇ ਅੱਗੇ ਆਉਣ ਕਿਉਂਕਿ ਉਹਨਾਂ ਨੂੰ ਦੇਸ਼ ਦੀ ਲੋੜ ਹੈ ਸੋਮਵਾਰ ਨੂੰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਅਕਾਲੀ ਦਲ ਦੇ ਵਫਤ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਸੁਖਵੀਰ ਨੇ ਰਾਸ਼ਟਰਪਤੀ ਨੂੰ ਦੇਸ਼ ਦਾ ਰਾਖਾ ਦੱਸਦਿਆਂ ਕਿਹਾ ਕਿ ਉਹ ਸੰਵਿਧਾਨ ਦੇ ਰਾਖੇ ਦੇ ਰੂਪ ਵਿੱਚ ਕੰਮ ਕਰਨ ਤੇ ਕਿਸਾਨ ਅਤੇ ਖੇਤ ਮਜ਼ਦੂਰ ਦਲਤਾਂ ਦੇ ਵਿਚਾਲੇ ਅੱਗੇ ਆਉਣ। ਮੁਸਲਮਾਨ ਭਾਈਚਾਰੇ ਵੱਲੋਂ ਕਿਸਾਨਾਂ ਦੇ ਸੰਘਰਸ਼ ਨੂੰ ਥਾਪੜਾ। ਬਾਦਲ ਮੋਰਚੇ ਦੇ 7ਵੇਂ ਦਿਨ ਮੁਸਲਮਾਨ ਭਾਈਚਾਰੇ ਨੇ ਕਿਸਾਨਾਂ ਦੇ ਸੰਘਰਸ਼ ਨਾਲ ਜੱਕਾ ਚਾਹਤੀ ਦਾ ਪ੍ਰਗਟਾਵਾ ਕਰਦਿਆਂ ਕੇਂਦਰ ਦੀ ਮੋਦੀ ਸਰਕਾਰ ਨੂੰ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ। ਅੱਜ ਦੇ ਮੋਰਚੇ ਦੀ ਹਮਾਇਤ ਵਿੱਚ ਆਏ ਮੁਸਲਮਾਨ ਭਾਈਚਾਰੇ ਵੱਲੋਂ ਜਮਾਏ ਤੇ ਇਸਲਾਮ ਦੇ ਪ੍ਰਧਾਨ ਸਕੂਟ ਅਹਿਮਦ ਅਤੇ ਐਡਵੋਕੇਟ ਤਾਨੀ ਜੱਤੂ ਬਸਮਨੇ ਵੀ ਸਬੋਧਨ ਕਰਦੇ ਕੇਂਦਰ ਸਰਕਾਰ ਦੇ ਕਦਮ ਨੂੰ ਗੈਰ ਜਮਹੂਰੀ ਤੇ ਤਾਨਾਸ਼ਾਹ ਘਰਾਰ ਦਿੱਤਾ। ਉਹਨਾਂ ਆਖਿਆ ਕਿ ਇਸ ਤੋਂ ਪਹਿਲਾਂ ਮੋਦੀ ਸਰਕਾਰ ਨਾਗਰਿਕਤਾ ਕਾਨੂੰਨਾਂ ਨਾਲ ਛੇੜਛਾੜ ਕਰਕੇ ਿਕਟ ਗਿਣਤੀਆਂ ਦਾ ਧਰੋਕ ਮਾ ਚੁੱਕੀ ਹੈ। ਪਰ ਅਣ ਨਾਲ ਦੇਸ਼ ਦਾ ਭੜੋਲਾ ਪਰਨ ਵਾਲੇ ਕਿਸਾਨਾਂ ਨਾਲ ਕੀਤਾ ਜਾ ਰਿਹਾ ਵਿਹਾਰ ਉਸ ਨੂੰ ਮਹਿੰਗਾ ਪਵੇਗਾ। ਦੋਸਤੋ ਇਸ ਹਨ ਦਿਨ ਭਰ ਦੀਆਂ ਕੁਝ ਕੁ ਵਡੀਆਂ ਖਬਰਾਂ ਤੇ ਜਿਹੜੇ ਦੋਸਤ ਸਾਡੇ ਚੈਨਲ ਤੇ ਨਵੇਂ ਆਏ ਹਨ ਉਹਨਾਂ ਨੂੰ ਰਿਕਵੈਸਟ ਤਾਂ ਕਿ ਚੈਨਲ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਦਬਾ ਦੇਣ ਇਸੇ ਤਰ੍ਹਾਂ ਹਰ ਰੋਇ ਤੁਹਾਡੇ ਲਈ ਖਬਰਾਂ ਦਾ ਵਿਸ਼ੇਸ਼ ਬੁਲਟਨ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ